ਪੰਜਾਬ ਚ ਲੰਘੇ 2 ਸਾਲਾਂ ਦੌਰਾਨ 900 ਦੇ ਕਰੀਬ ਕਿਸਾਨ ਖੁਦਕੁਸ਼ੀ ਕਰ ਚੁੱਕੇ ਨੇ। ਇਸੇ ਤਰ੍ਹਾਂ ਮਹਾਰਾਸ਼ਟਰ ਦੇ ਵਿਦਰਭ ਅਤੇ ਦੱਖਣ ਦੇ ਕੁਝ ਸੂਬਿਆਂ ਚ ਵੀ ਕਿਸਾਨਾਂ ਦਾ ਇਹੀ ਹਾਲ ਹੈ। ਸਵਾਲ ਸਿਰਫ ਇੰਨਾ ਜਿਹਾ ਹੈ ਕਿ ਖੇਤੀ ਘਾਟੇ ਦਾ ਸੌਦਾ ਕਿਉਂ ਸਾਬਤ ਹੋ ਰਹੀ ਹੈ। ਇਸ ਦੇ ਕਾਰਨ ਖੁਦ ਪੰਜਾਬ ਦੇ ਕਿਸਾਨ ਗਿਣਵਾ ਰਹੇ ਨੇ। ਜੀ ਪੰਜਾਬ ਹਰਿਆਣਾ ਹਿਮਾਚਲ ਨੇ ਇਸ ਬਾਬਤ ਕਿਸਾਨਾਂ ਨਾਲ ਗੱਲਬਾਤ ਕੀਤੀ। ਇਸ ਦੌਰਾਨ ਕਿਸਾਨਾਂ ਦਾ ਦਰਦ ਜ਼ੁਬਾਨ ਤੇ ਆ ਗਿਆ। ਉਹ ਪੁੱਛ ਰਹੇ ਨੇ ਕਿ ਜਦੋਂ ਕਿਸਾਨ ਫਸਲ ਲੈ ਕੇ ਮੰਡੀ ਪਹੁੰਚਦਾ ਹੈ ਤਾਂ ਸਬਜ਼ੀਆਂ ਦੇ ਦਾਮ ਘੱਟ ਕਿਉਂ ਰਹਿੰਦੇ ਨੇ। ਜਦ ਕਿਸਾਨ ਦੀ ਫਸਲ ਵਿਕ ਜਾਂਦੀ ਹੈ ਤਾਂ ਉਸੇ ਆਲੂ ਪਿਆਜ਼ ਅਤੇ ਟਮਾਟਰ ਦੇ ਭਾਅ 3-4 ਗੁਣਾ ਵੱਧ ਜਾਂਦੇ ਨੇ। ਮੈਂ ਸਬਜ਼ੀ ਵਾਲੇ ਕਿਸਾਨ ਆਇਆ ਸੀ। ਆਲੂ ਪਿਆਜ਼ ਦੀ ਖੇਤੀ ਸਾਡਾ ਜ਼ਿਆਦਾ ਹੁੰਦਾ ਜੀ। ਜਿਸ ਟਾਈਮ ਜ਼ਿਮੀਂਦਾਰ ਆਲੂ ਚਲਾ ਉਸ ਟਾਈਮ 2 ਰੁਪਏ ਕਿਲੋ ਵਿਕਦਾ ਹੁੰਦਾ ਜੀ। ਅੱਜ ਆਲੂ ਦਾ ਰੇਟ ਦੇਖ ਲਓ 20-25 ਰੁਪਏ ਕਿਲੋ ਵਿਕ ਰਿਹਾ ਜਾਂ ਵਪਾਰੀ ਕੇ ਪਾਸ ਚਲੇ ਗਿਆ। ਪਿਆਜ਼ ਦਾ ਵੀ ਇਹੀ ਹਾਲ ਹੈ। ਪਿਆਜ਼ ਮੇਰਾ 30 ਰੁਪਏ ਕਿਲੋ ਵਿਕ ਰਿਹਾ ਹੈ ਮੇਰਾ, ਜਦ ਹਮਾਰਾ ਪਿਆਜ਼ ਤਾਂ 5 ਰੁਪਏ ਕਿਲੋ ਵੀ ਨਹੀਂ ਵਿਕਾ ਹੈ। ਸਰ ਖੀਰੇ ਦਾ ਦੇਖ ਲਓ ਜੀ, ਹੁਣ ਖੀਰੇ ਦਾ ਬਹੁਤ ਬੁਰਾ ਹਾਲ ਹੈ ਜੀ। ਪਹਿਲਾਂ ਕੇ ਰੇਟ ਕੁਛ ਸੀਗਾ ਜੀ, ਹੁਣ ਕੁਛ ਹੈ ਜੀ। ਹੁਣ ਜਦੋਂ ਸਾਡਾ ਚੱਲਦਾ ਜੀ ਜਦੋਂ ਘੱਟ ਜਾਂਦਾ ਜੀ, ਜਦੋਂ ਆਪਣਾ ਇੱਦਾਂ ਹੀ ਗੋਭੀ ਦਾ ਹੁੰਦਾ ਜੀ, ਗੋਭੀ ਦਾ ਜੀ ਪਹਿਲਾਂ ਘੱਟ ਜਾਂਦਾ ਜੀ, ਫਿਰ ਸਾਡੇ ਵਾਰੀ 'ਚ ਆਪਣਾ ਕੁਛ ਵੀ ਨਹੀਂ ਹੈਗਾ ਜੀ, 0-0 ਹੋ ਜਾਂਦਾ ਜੀ। ਹਾਂ ਹਾਂ, ਸਾਡੇ ਤਾਂ ਕੁਛ ਲੈਂਦੇ ਆ ਅਤੇ ਅੱਗੇ ਜਾ ਕੇ ਵੇਚਦੇ ਕੁਛ ਆ ਜੀ। ਸਾਡੇ ਤਾਂ 4 ਰੁਪਏ 2 ਰੁਪਏ ਲੈ ਕੇ ਅੱਗੇ 10 ਰੁਪਏ 15 ਰੁਪਏ 20 ਰੁਪਏ ਵੇਚਦੇ ਜਾਂ ਬਾਰਦਾਨਾ ਮਹਿੰਗਾ ਹੁੰਦਾ ਜਾ ਰਿਹਾ। ਕਿਸਾਨਾਂ ਦੀ ਮੰਗ ਹੈ ਕਿ ਸਰਕਾਰ ਆਲੂ ਪਿਆਜ਼ ਅਤੇ ਟਮਾਟਰ ਸਣੇ ਸਾਰੀਆਂ ਫਸਲਾਂ ਦੇ ਭਾਅ ਫਿਕਸ ਕਰ ਦੇਵੇ। ਇਸ ਨਾਲ ਕਿਸਾਨਾਂ ਨੂੰ ਵੀ ਘਾਟਾ ਨਹੀਂ ਹੋਵੇਗਾ ਅਤੇ ਉਸ ਤੇ ਵੱਧਦੇ ਕਰਜ਼ ਦਾ ਬੋਝ ਵੀ ਘੱਟ ਜਾਵੇਗਾ। ਜਿੱਦਾਂ ਹੁਣ ਆਲੂ ਦੀ ਪਟਾਈ ਹੋ ਗਈ ਜੀ, ਹੁਣ ਜਿਸ ਤਰ੍ਹਾਂ ਆਲੂ ਮੰਡੀ 'ਚ ਜਾਂਦਾ ਜੀ, ਉਹ ਆੜ੍ਹਤੀ ਜ਼ਿਆਦਾ ਕਮਾਉਂਦੇ ਆ, ਸਾਡੇ ਪੱਲੇ ਕੁਛ ਨਹੀਂ ਪੈਂਦਾ ਜੀ। ਅਤੇ ਉਹਦੇ ਬਾਰੇ ਨਾ ਬਹੁਤ ਚੀਜ਼ ਸੋਚਣ ਵਾਲੀ ਹੈ ਜੀ, ਥੋੜ੍ਹਾ ਦੇਖ ਕੇ। ਜਿੱਦਾਂ ਕੀ ਚਾਹਤੇ ਹੈ ਸਰਕਾਰ ਸੇ? ਸਰਕਾਰ ਇੱਕ ਤਾਂ ਰੇਟ ਤੈਅ ਕਰ ਦਿਓ ਜੀ ਵੀ ਹਾਂ ਇੰਨਾ ਫਿਕਸ ਮਿਲਣਾ ਹੀ ਮਿਲਣਾ ਜੀ, ਤਾਂ ਕਿ ਕਿਸਾਨ ਵੀ ਥੋੜ੍ਹਾ ਫਾਇਦੇ 'ਚ ਰਹੇ ਜੀ। ਮਤਲਬ ਸਾਨੂੰ ਪੂਰਾ ਰੇਟ ਨਹੀਂ ਮਿਲਦਾ ਜੀ। ਅਸੀਂ ਚਾਹੁੰਦੇ ਹਾਂ ਸਾਡਾ ਸਰਕਾਰ ਰੇਟ ਫਿਕਸ ਕਰ ਦੇਵੇ, ਚਾਹੇ 5 ਰੁਪਏ ਕਰ ਦੇਵੇ, 7 ਕਰ ਦੇਵੇ, ਜੋ ਵੀ ਹੈ ਜੀ, ਹਰ ਇੱਕ ਚੀਜ਼ ਸਾਨੂੰ ਤਾਂ ਰੇਟ ਫਿਕਸ ਮਿਲਣਾ ਚਾਹੀਦਾ। ਨਹੀਂ ਪਰ ਕਿਤੇ ਕਿਸੇ ਹੋਰ ਸਟੇਟ 'ਚ ਵੀ ਫਿਕਸ ਕੀਤਾ ਹੈ? ਹਾਂਜੀ, ਹਰਿਆਣੇ ਵਾਲਿਆਂ ਨੇ ਫਿਕਸ ਕਰੇ ਹੋਏ ਆ ਜੀ ਰੇਟ। ਮਤਲਬ ਉਹ ਜਿਵੇਂ ਅਸੀਂ ਮੱਕੀ ਬੀਜਣੀ ਹੈ, ਕੁਛ ਵੀ ਹੈ, ਹਰਿਆਣਾ ਸਬਸਿਡੀ ਵੀ ਦੇ ਰਿਹਾ, ਬੀਜ ਵੀ ਫ੍ਰੀ ਦੇ ਰਿਹਾ, ਸਾਡੇ ਪੰਜਾਬ 'ਚ ਇਹੋ ਜਿਹਾ ਕੁਛ ਹੈ ਨਹੀਂ। ਦਰਅਸਲ ਸਰਕਾਰ ਨੇ ਕੁਝ ਫਸਲਾਂ ਦੀ MSP ਤੈਅ ਕਰ ਰੱਖੀ ਹੈ, ਪਰ ਇਹਨਾਂ ਫਸਲਾਂ ਦਾ ਵੀ ਕਿਸਾਨਾਂ ਨੂੰ ਉਚਿਤ ਭਾਅ ਨਹੀਂ ਮਿਲਦਾ ਕਿਉਂਕਿ ਖਰੀਦ ਏਜੰਸੀਆਂ ਸਹੀ ਸਮੇਂ ਤੇ ਖਰੀਦ ਨਹੀਂ ਕਰਦੀਆਂ। ਚੰਡੀਗੜ੍ਹ ਤੋਂ ਲਲਿਤ ਸ਼ਰਮਾ ਦੇ ਨਾਲ ਬਿਊਰੋ ਰਿਪੋਰਟ, ਜ਼ੀ ਮੀਡੀਆ।